ਆਹ ਵੀਡੀਓ ਉਹਨਾਂ ਭਰਾਵਾਂ ਲਈ ਹੈ ਜਿਹੜਾ ਕੋਈ ਜਾਇਜ਼ ਭਾਅ ਦੇ ਵਿੱਚ ਘੋੜੀ ਸਵਾਰੀ ਵਾਲੀ ਲੈਣ ਦਾ ਚਾਹਵਾਨ ਹੈ, ਜਾਂ ਜਾਇਜ਼ ਰੇਟ ਦੇ ਵਿੱਚ ਕੋਈ ਚੰਗਾ 7-8-10 ਮਹੀਨੇ ਦਾ ਵਛੇਰਾ ਨੁਕਰਾ ਲੈਣ ਦਾ ਚਾਹਵਾਨ ਹੈ, ਜਾਂ ਚੰਗੀਆਂ ਵਛੇਰੀਆਂ ਲੈਣ ਦੇ ਤਾਂਘ ਵਿੱਚ ਹੈ ਕਿ ਭਾਈ ਗਾਂਹ ਜਾ ਕੇ ਚੰਗੀ ਬਰੀਡਿੰਗ ਕਰਾਉਣੀ ਹੈ ਜਾਂ ਭਾਈ ਅਸੀਂ ਵਛੇਰੀਆਂ ਲੈਣੀਆਂ। ਆਹ ਦੋ ਵਛੇਰੀਆਂ ਨੇ ਵੀਰ ਹੋਣਾ ਦੇ ਕੋਲ, ਇੱਕ ਹੈਗੀ ਹੈ ਨੀਲੀ, ਇੱਕ ਹੈਗੀ ਹੈ ਕਾਲੀ। ਪੂਰੀ ਡਿਟੇਲ ਅਤੇ ਸਾਰਾ ਇਹਨਾਂ ਦਾ ਖੱਬਾ ਸੱਜਾ ਪਾਸਾ ਪੈਰਾਂ ਤੋਂ ਲੈ ਕੇ ਕੰਨਾਂ ਤੱਕ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣਾ। ਸੋ ਪਹਿਲਾਂ ਗੱਲ ਕਰਦੇ ਹਾਂ ਜੀ ਆ ਘੋੜੀ ਦੀ। ਘੋੜੀ ਬਹੁਤ ਚੰਗੀ ਹੈ, ਚਾਲਾਂ ਚੂਲਾਂ ਦੋਵੇਂ ਚੱਲਦੀ ਹੈ, ਬਿਲਕੁਲ ਠੰਡੇ ਮਤੇ ਦੀ ਘੋੜੀ ਹੈ। ਭਾਵੇਂ ਨਵਾਂ ਮੁੰਡਾ ਵਹਾ ਦਿਓ, ਜਵਾਕ ਵਹਾ ਦਿਓ, ਘੋੜੀ ਬਹੁਤ ਸੀਲ ਹੈ, ਕੋਈ ਪੈਰ ਨਹੀਂ ਕੱਢਦੀ, ਕੰਨ ਕਨੌਤੀ ਬਹੁਤ ਚੰਗੀ ਹੈ, ਉਹ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ। ਬਾਕੀ ਇੱਕ ਗੱਲ ਹੋਰ ਹੈ ਵੀ ਧੌਣ ਬੜੀ ਘੈਂਟ ਲੱਗੀ ਹੈ, ਧੌਣ ਬਹੁਤ ਲੰਬੀ ਲੱਗੀ ਹੈ, ਵੱਡਾ ਸੋਹਣਾ ਕਹਿ ਦਈਏ ਵੀ, ਜਿਹੜਾ ਕਹਿ ਦਈਏ ਨਾ ਵੱਡੇ ਵਾਡੇ ਦੀ ਘੋੜੀ ਹੁੰਦੀ ਹੈ, ਉਹ ਸਿਸਟਮ ਹੈ। ਅਤੇ ਬਾਕੀ ਬੱਚੇ ਬੜੇ ਪੈਦੇ, ਸੋਹਣੇ ਕੀਤੇ ਆ ਪੈਦਾ ਇਹਨੇ। ਆ ਜਾਓ ਜੀ ਅੱਗੇ ਆ ਗਈ ਆ ਕਾਲੀ ਵਛੇਰੀ, ਸਾਰੀ ਇੱਕ ਰੰਗ ਕਾਲੀ ਹੈ ਅਤੇ ਮੱਥੇ ਛੋਟਾ ਜਿਹਾ ਫੁੱਲ ਹੈਗਾ, ਇਹ ਵੀ ਫੋਰ ਸੇਲ ਹੈ। ਇਹਦੀ ਡਿਟੇਲ ਕੀ ਹੈ, ਕੀ ਇਹ ਖਾਨਦਾਨੀ ਹੈ, ਇਹਦੇ ਬਾਰੇ ਵੀ ਆਪਾਂ ਭਰਾਵਾਂ ਤੋਂ ਪੁੱਛਣਾ। ਅਤੇ ਇੱਕ ਆ ਗਈ ਆਪਣੀ ਨੀਲੀ ਵਛੇਰੀ, ਬਹੁਤ ਚੰਗੀ ਕੰਨ ਕਨੌਤੀ ਹੈ, ਸੋਹਣੇ ਬਾਡੇ ਦੀ ਹੈ, ਅੱਗੇ ਜਾ ਕੇ ਵੱਡੀ ਘੋੜੀ ਬਣਦੀ ਇਹਦੀ ਵੀ ਸੰਭਾਵਨਾ ਹੈਗੀ ਹੈ। ਹੁਣ ਕਿੰਨੀ ਉਮਰ ਹੈ, ਕਿੰਨੀ ਕੁ ਇਹਨਾਂ ਦੀ ਹਾਈਟ ਹੈ, ਉਹ ਵੀ ਆਪਾਂ ਵੀਡੀਓ ਦੇ ਵਿੱਚ ਪੁੱਛਣਾ। ਅਤੇ ਇੱਕ ਭਰਾਵਾਂ ਦੇ ਕੋਲ ਬਹੁਤ ਹੀ ਚੰਗਾ ਵਛੇਰਾ ਹੈ, ਇਹ ਵਛੇਰਾ ਵੀ ਉਸੇ ਨੀਲੀ ਘੋੜੀ ਦਾ ਹੈ ਜਿਹਦੀ ਬਾਈ ਹੁਣੀ ਸਵਾਰੀ ਕਰਦੇ ਪਏ ਸੀਗੇ, ਬਾਈ ਗੁਰਪ੍ਰੀਤ ਸਿੰਘ ਸੋਢੀ ਸਾਹਿਬ ਦੇ। ਆਪਾਂ ਘਰ ਪਹੁੰਚੇ ਹਾਂ, ਇਹਨਾਂ ਦੇ ਨਗੀਨੇ ਵਿਖਾਉਣ ਲੱਗੇ ਹਾਂ। ਅਤੇ ਇਹ ਵਛੇਰਾ ਵੀ ਫੋਰ ਸੇਲ ਹੈ, ਦੋਵਾਂ ਅੱਖਾਂ ਤੋਂ ਬਿੱਲਾ ਹੈ ਵਛੇਰਾ ਅਤੇ ਬਣਨ ਵਾਲਾ ਵਛੇਰਾ ਹੈ। ਉਹ ਜਦੋਂ ਡਿਊਟੀ 'ਤੇ ਜਦੋਂ ਜਾਂਦੇ ਸੀਗੇ ਨਾਲ ਪਿੰਡ ਢੀਮਾਲੀ ਤੋਂ, ਉਦੋਂ ਘੋੜੀ 'ਤੇ ਜਾਂਦੇ ਸੀਗੇ ਜੀ, ਉਦੋਂ ਉਹਨਾਂ ਨੇ ਇੱਕ ਘੋੜੀ ਰੱਖੀ ਹੋਈ ਸੀਗੀ ਜੀ। ਉਸ ਤੋਂ ਬਾਅਦ ਤਾਂ ਮੈਨੂੰ ਤਕਰੀਬਨ ਹੁਣ 5-6 ਸਾਲ ਹੋ ਗਏ ਆ ਹੁਣ ਰੱਖੀ। ਅੱਛਾ, ਰੱਖੀਆਂ ਘੋੜੀਆਂ ਹੀ ਆ ਸਾਰੀਆਂ? ਹਾਂਜੀ, ਰੱਖੀਆਂ ਘੋੜੀ। ਤੇ ਇਹ ਵਛੇਰਾ ਫਿਰ ਜਿਹੜਾ ਸਭ ਤੋਂ ਪਹਿਲਾਂ ਇੱਥੋਂ ਹੀ ਗੱਲ ਸਟਾਰਟ ਕਰ ਲਈਏ ਆਪਾਂ, ਇਹ ਕਿਹੜੇ ਘੋੜੇ ਦਾ ਭਾਈ? ਇਹ ਆਪਣੇ ਬਾਈ ਗੋਰਾ ਜੀ ਪੱਕੇ ਵਾਲਾ, ਉਹਦੇ ਕੋਲ ਦੁਰਯੋਧਨ ਘੋੜਾ ਜੀ। ਚੰਗਾ, ਬਹੁਤ ਚੰਗਾ ਘੋੜਾ, ਉਹ ਉਹਦਾ ਬੱਚਾ ਜੀ। ਜੀ, ਕਿੰਨੇ ਚਿਰ ਦਾ ਹੋ ਗਿਆ ਜੀ ਇਹ? ਤਕਰੀਬਨ 8.5 ਮਹੀਨਿਆਂ ਦਾ। ਓਕੇ, ਤੇ ਇਹ ਵੀ ਮੰਨ ਲਓ ਦੇਣ ਦਾ ਵਿਚਾਰ ਹੈ ਨਾ ਸਾਰੇ ਜਾਨਵਰ? ਜਿਵੇਂ ਆਪਾਂ ਕਹਿ ਲਈਏ ਵੀ ਮੈਂ ਘੋੜੀ ਮੇਟ ਨਹੀਂ ਕਰਵਾਉਣੀ ਸੀਗੀ, ਫਿਰ ਮੇਰੇ ਯਾਰਾਂ ਦੋਸਤਾਂ ਨੇ ਕਿਹਾ ਨਹੀਂ ਆਪਾਂ ਘੋੜੀ ਭਰਾਉਣੀ ਹੈ ਵੀ ਆਪਾਂ ਬੱਚਾ ਲੈਣਾ ਸੋਹਣਾ ਦੇਖਾਂਗੇ ਜੀ, ਤੇ ਉਸ ਕਰਕੇ ਨਹੀਂ ਤਾਂ ਮੈਂ ਰਾਈਡ ਦੇ ਸ਼ੌਂਕ ਨਹੀਂ ਲੈ ਕੇ ਆਇਆ। ਇਹ ਘੋੜੀ ਜਿਹੜੀ ਆਪਣੇ ਕੋਲ ਨੀਲੀ ਖੜੀ, ਉਹਦਾ ਬੱਚਾ ਹੈ ਜੀ ਇਹ ਵਛੇਰਾ? ਹਾਂਜੀ, ਇਹ ਨੀਲੀ ਘੋੜੀ, ਨੀਲੀ ਘੋੜੀ ਦਾ ਨਾ ਬੱਚਾ, ਬਹੁਤ ਸੋਹਣਾ ਦਿੱਤਾ ਹੈ ਨਾ। ਹਾਂਜੀ ਹਾਂਜੀ, ਬਾਈ ਗੋਰੇ ਵਾਲਿਆ ਜਿਹੜਾ ਘੋੜਾ ਹੈ ਬਾਈ ਕੋਲ, ਦੁਰਯੋਧਨ? ਦੁਰਯੋਧਨ ਜੀ, ਦੁਰਯੋਧਨ। ਹਾਂਜੀ, ਬਾਈ ਗੋਰੇ ਪੱਕਿਆਂ ਵਾਲੇ ਕੋਲ ਬਹੁਤ ਚੰਗਾ ਘੋੜਾ ਹੈ ਪਫਲ। ਅੱਛਾ, ਕਿੰਨੇ ਚਿਰ ਦੀ ਹੈ ਘੋੜੀ ਆਪ ਜੀ? ਇਹ ਤਕਰੀਬਨ 5-5.5 ਸਾਲ ਦੀ ਹੋ ਗਈ। ਅੱਛਾ, ਇਹਦੀ ਮੰਨ ਲਓ ਹਾਈਟ ਕਿੰਨੀ ਹੈ ਜੀ? ਹਾਈਟ ਘੱਟ ਤੋਂ ਬਾਹਰ ਹੈ ਜੀ। ਘੱਟ ਤੋਂ ਬਾਹਰ ਹੈ? ਹਾਂਜੀ ਜੀ। ਲੈ ਵੀ, ਇਹ ਵੀ ਫਿਰ ਸੇਲ ਹੈ? ਹਾਂਜੀ, ਇਹ ਵੀ ਸੇਲ ਹੈ। ਤੇ ਬਾਈ ਰੇਟ ਰੂਟ ਫਿਰ ਫੋਨ ਤੇ ਦੱਸੋਗੇ? ਰੇਟ ਫੋਨ ਤੇ ਜੀ, ਫੋਨ ਤੇ ਦੱਸੋਗੇ। ਇੰਨਾ ਕੁ ਹਿੰਟ ਦੇ ਦਈਏ ਭਰਾਵਾਂ ਨੂੰ ਵੀ ਜਾਇਜ਼ ਹੀ ਹੈ, ਘੋੜਾ ਭਾਰਾ ਤਾਂ ਨਹੀਂ? ਜਾਇਜ਼ ਜੀ, ਜਾਇਜ਼। ਠੀਕ, ਹਾਂਜੀ। ਤੇ ਸੱਜਣੋ ਇਹ ਘੋੜੀ ਵੀ ਫੋਰ ਸੇਲ ਹੈ, ਸਵਾਰੀ ਸਵੂਰੀ ਤਾਂ ਆਪਾਂ ਕਰਕੇ ਵਿਖਾ ਦਿੱਤੀ ਵੈਸੇ 60 ਇੰਚ। ਬਾਕੀ ਇੰਨਾ ਵੀ ਜਿੰਨੀ ਕੁ ਹਾਈਟ ਬਾਈ ਦੱਸ ਰਹੇ ਆ ਨਾ, ਤੁਸੀਂ ਆਣਿਓ, ਆਣ ਕੇ ਵੇਖਿਓ ਤੇ 19 ਹੀ ਤੁਹਾਨੂੰ ਮਿਲੂਗੀ। ਮੈਂ ਵੀ ਜਦੋਂ ਆਇਆ ਤੇ ਮੈਂ ਵੀ ਬਾਈ ਕੋਲੇ ਆਣ ਕੇ ਪਹਿਲਾਂ ਹਾਈਟ ਦਾ ਜਦੋਂ ਜਾਇਜ਼ਾ ਲਿਆ ਤੇ ਮੈਨੂੰ ਵੀ ਜਾਇਜ਼ ਲੱਗੀ ਜਿੰਨੀ ਕੁ ਦੱਸ ਰਹੇ। ਹੁਣ ਹੁਣੀ ਸਾਲ ਸਵਾ ਸਾਲ ਜੀ ਇਹ, ਮਤਲਬ ਕਿ 3-3.5-3 ਇੰਚ ਕੱਦ ਕੱਢ ਗਈ। ਹਾਂਜੀ ਜੀ। ਅੱਛਾ, ਤੁਸੀਂ ਕਿੱਥੋਂ ਲੈ ਕੇ ਆਏ ਸੀ ਜੀ? ਇਹ ਅਸੀਂ ਚੈਤੋ ਕੋਲੇ ਪਿੰਡ, ਚੈਤੋ ਕੋਲੇ ਪਿੰਡ ਆ ਜੀ। ਓਕੇ, ਹਾਂਜੀ, ਉੱਥੋਂ ਲਈ ਸੀ ਕੋੜੀ ਅਜੇ ਉਹਨਾਂ ਕੋਲੇ ਹੈਗੀ। ਅੱਛਾ, ਇਹਦੀ ਮਾਂ ਉਹਨਾਂ ਕੋਲੇ? ਉਹਨਾਂ ਕੋਲੇ ਹੈਗੀ ਆ। ਹਾਂਜੀ ਹਾਂਜੀ, ਓਕੇ, ਹਾਂਜੀ। ਤੇ ਸੱਜਣੋ ਇਹ ਵੀ ਫੋਰ ਸੇਲ ਹੈ, ਇਹਦੀ ਮਾਰਕਿੰਗ ਕੱਲਾ ਮੱਥੇ ਫੁੱਲੀ ਹੈ? ਮੈਂ ਕੱਲਾ ਮੱਥੇ ਫੁੱਲੀ ਹੈ ਜੀ, ਸਾਰੀ ਕਾਲੀ ਹੈ ਜੀ। ਹਾਂਜੀ, 24 ਘੰਟੇ ਖੁੱਲਾ ਹੈ। ਬਾਈ ਨੂੰ ਫੋਨ ਕਰਕੇ ਤੇ ਜਦੋਂ ਮਰਜ਼ੀ ਗੇੜਾ ਮਾਰਿਓ। ਗੁਰਪ੍ਰੀਤ ਵੀਰੇ, ਆਪਾਂ ਲੋਕੇਸ਼ਨ ਦੱਸ ਦਈਏ, ਘਰ ਕਿੱਥੇ ਕੁ ਪੈਂਦਾ ਆਪਣਾ ਪਿੰਡ? ਇਹ ਘਰ ਆਪਣਾ ਜੀ
ਪਿੰਡ ਦੇ ਬਿਲਕੁਲ ਵਿਚਾਲੇ ਪੈਂਦਾ ਜੀ ਜੀ, ਕੋਟਕਪੂਰਾ ਤੋਂ 3 ਕਿਲੋਮੀਟਰ ਪੈਂਦਾ ਪਿੰਡ ਢਲਵਾਂਕਲਾਂ ਜੀ, ਬਠਿੰਡਾ ਰੋਡ 'ਤੇ ਜੀ ਜੀ, ਅਤੇ ਨੇੜੇ ਬਸਤਰ ਅਸਥਾਨ ਜੀ।